ਹਾਂਜੀ ਮਾਲਾ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮਾਲਾ ਜੀ, ਜਿਵੇਂ 14 ਤਰੀਕ ਨੂੰ ਇਲੈਕਸ਼ਨ ਆ ਰਹੀ ਆ ਤੇ ਕਿਹਨੂੰ ਵੋਟ ਪਾ ਰਹੇ ਹੋ ਤੁਸੀਂ ਇਸ ਵਾਰ? ਪ੍ਰਦੀਪ ਸਿੰਘ ਟੀਕਾ ਨੂੰ ਪਾਵਾਂਗੇ ਕਿਉਂਕਿ ਬਹੁਤ ਅੱਛੇ ਆ, ਬਹੁਤ ਅੱਛੇ ਲਾਗੇ ਸਾਡੇ ਆ। ਵੈਸੇ ਵੀ ਦੁੱਖ ਸੁੱਖ ਦੇ ਸਾਂਝੀ ਆ ਹਮੇਸ਼ਾ ਹਰ ਕਿਸੇ ਦੇ ਨਾਲ। ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਕਿਹਨੂੰ ਵੋਟ ਪਾ ਰਹੇ ਹੋ 14 ਤਰੀਕ ਨੂੰ? 14 ਤਰੀਕ ਨੂੰ 11 ਨੰਬਰ ਵਾਰਡ 'ਚ ਟੀਡੇ ਭਾਜੀ ਨੂੰ ਵੋਟ ਪਾਸ ਰਹੇ ਹਾਂ, ਕਾਂਗਰਸ ਨੂੰ। ਵਾਰਡ ਨੰਬਰ 11 ਜਾਂ 12? 12। 12 ਠੀਕ। ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਹਾਂਜੀ ਭੈਣ ਜੀ, 14 ਤਰੀਕ ਨੂੰ ਜਿਹੜੀ ਇਲੈਕਸ਼ਨ ਆ ਐਮਸੀ ਦੀ ਤੇ ਕਿਹਨੂੰ ਵੋਟ ਪਾ ਰਹੇ ਹੋ ਤੁਸੀਂ? ਅਸੀਂ ਟੀਟੀ ਅੰਕਲ ਨੂੰ। ਟੀਟੀ ਅੰਕਲ ਕਿਹੜੀ ਪਾਰਟੀ ਵੱਲੋਂ ਖੜੇ ਹੋ? ਕਾਂਗਰਸ। ਹੋਰ ਵੀ ਕੈਂਡੀਡੇਟ ਖੜੇ, ਉਹਨਾਂ ਨੇ ਕਿਉਂ ਪਾ ਰਹੇ ਹੋ? ਨਹੀਂ ਇਹ ਵਧੀਆ ਹੈ, ਬਹੁਤ ਵਧੀਆ। ਹਾਂਜੀ ਠੀਕ ਹੈ ਜੀ, ਥੈਂਕ ਯੂ ਜੀ। ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭੈਣ ਜੀ, 14 ਤਰੀਕ ਨੂੰ ਇਲੈਕਸ਼ਨ ਕਿਹਨੂੰ ਵੋਟ ਪਾ ਰਹੇ ਹੋ? ਅਸੀਂ ਜੀ ਪ੍ਰਦੀਪ ਕੁਮਾਰ ਟੀਟੀ ਭਾਜੀ ਨੂੰ। ਹਾਂਜੀ ਭੈਣ ਜੀ, ਤੁਸੀਂ ਕਿਹਨੂੰ ਪਾ ਰਹੇ ਹੋ? ਹਾਂਜੀ ਅਸੀਂ ਉਹਨਾਂ ਦਾ ਹੀ ਸਮਰਥਨ ਕਰਾਂਗੇ। ਜਿਵੇਂ ਹੋਰ ਵੀ ਕੈਂਡੀਡੇਟ ਖੜੇ ਆ ਤੇ ਉਹਨਾਂ ਨੂੰ ਕਿਉਂ ਵੋਟ ਪਾ ਰਹੇ ਸੀ? ਬਹੁਤ ਹੀ ਜ਼ਿਆਦਾ ਮਤਲਬ ਕਿ ਮਿਲਵਰਤਨ ਵਾਲੇ ਆ, ਹੈਲਪਫੁੱਲ ਆ, ਉੱਦਾਂ ਵੀ ਹਰ ਕੰਮ 'ਚ ਅੱਗੇ ਹੀ ਰਹਿੰਦੇ ਆ। ਮਤਲਬ ਕੋਈ ਵੀ ਕੋਈ ਸੁਸਾਇਟੀ ਦਾ ਕੋਈ ਕੰਮ ਹੋਵੇ ਆ, ਸਾਡੀ ਗਲੀ ਦੇਖ ਲਓ ਭਾਅ ਜੀ, ਰੋਜ਼ ਸਵੇਰੇ ਉੱਠ ਕੇ ਆਪ ਹੀ ਕਲੀਨ ਕਰਦੇ ਆ ਕਿ ਕੋਈ ਉਹਨਾਂ ਨੂੰ ਇੱਦਾਂ ਦਾ ਹੈ ਨਹੀਂ ਕਿ ਅਸੀਂ ਨਹੀਂ ਕਰਨੀ ਆ ਕਿੱਦਾਂ। ਵੈਸੇ ਵੀ ਬਹੁਤ ਹੈਲਪਫੁੱਲ ਆ। ਠੀਕ ਹੈ ਜੀ, ਥੈਂਕ ਯੂ। ਅੰਬੇਦਕਰ ਮਿਸ਼ਨ ਨਿਊਜ਼ ਚੈਨਲ ਦੇਖਦੇ ਸਾਰੇ ਹੀ ਸਰੋਤਿਆਂ ਨੂੰ ਸਭ ਤੋਂ ਪਹਿਲਾਂ ਜੈ ਭੀਮ, ਜੈ ਭਾਰਤ। ਦੋਸਤੋ, ਮੈਂ ਤੁਹਾਡਾ ਆਪਣਾ ਹਰਜਿੰਦਰ ਸਿੰਘ, ਅੱਜ ਆਪਾਂ ਲੋਹੀਆਂ ਦੇ ਵਿੱਚ ਵਾਰਡ ਨੰਬਰ 12 ਦੇ ਵਿੱਚ ਪਹੁੰਚੇ ਹਾਂ। ਇੱਥੇ ਆਪਾਂ ਸਰਵੇ ਕਰਾਂਗੇ ਵੀ ਇੱਥੇ ਕਿੰਨੇ ਕੈਂਡੀਡੇਟ ਜਿਹੜੇ ਆ ਇਲੈਕਸ਼ਨ ਦੇ ਵਿੱਚ। ਜਿਵੇਂ ਤੁਹਾਨੂੰ ਪਤਾ 14 ਤਰੀਕ ਨੂੰ ਇਲੈਕਸ਼ਨ ਆ ਐਮ ਸੀ ਦੀ ਅਤੇ 3-4 ਜਿਹੜੇ ਆ ਕੈਂਡੀਡੇਟ ਖੜ੍ਹੇ ਆ ਅਤੇ ਆਪਾਂ ਲੋਕਾਂ ਦੇ ਵਿਊ ਜਾਣਾਂਗੇ। ਇੱਥੇ ਵੀ ਇਸ ਵਾਰੀ ਜਿਹੜਾ ਵਾ ਜਿੱਤ ਦਾ ਸਿਹਰਾ ਲੋਕ ਕਿਹਦੇ ਸਿਰ 'ਤੇ ਸਜਾਉਣਗੇ ਔਰ ਕਿਹਨੂੰ ਕਾਮਯਾਬ ਬਣਾਉਣਗੇ 14 ਤਰੀਕ ਨੂੰ ਆਪਣੇ ਜਿਹੜਾ ਕੀਮਤੀ ਵੋਟ ਪਾ ਕੇ। ਆਓ ਲੋਕਾਂ ਕੋਲੋਂ ਜਾਣਦੇ ਉਹਨਾਂ ਨਾਲ ਗੱਲਬਾਤ ਕਰਕੇ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਜਿਵੇਂ ਕਿ 14 ਤਰੀਕ ਉਹ ਇਲੈਕਸ਼ਨ ਆ ਰਹੀ ਆ ਅਤੇ ਇਸ ਵਾਰੀ ਤੁਸੀਂ ਜਿੱਤ ਦਾ ਸਿਹਰਾ ਕਿਹਦੇ ਸਿਰ 'ਤੇ ਸਜਾ ਰਹੇ ਹਾਂ ਫਿਰ? ਜਿੱਤ ਦਾ ਸਿਹਰਾ ਇਸ ਵੇਲੇ ਸਾਡੇ ਕੋਲ ਕੈਂਡੀਡੇਟ ਬਹੁਤ ਵਧੀਆ ਜੀ, ਪ੍ਰਦੀਪ ਕੁਮਾਰ ਖੈੜਾ ਜੀ। ਅੱਛਾ ਜੀ। ਟੀਟਾ ਨਾਂ ਨਾਲ ਮਸ਼ਹੂਰ ਨੇ ਤਾਂ ਬਹੁਤ ਵਧੀਆ ਕੰਮਕਾਰ ਕਰ ਰਹੇ ਨੇ ਉਹ। ਕਿਹੜੀ ਪਾਰਟੀ ਵੱਲੋਂ? ਕਾਂਗਰਸ ਪਾਰਟੀ ਦੇ ਕੈਂਡੀਡੇਟ ਨੇ ਉਹ ਅਤੇ ਉਹਦੇ ਲਈ ਅਸੀਂ ਪੂਰਾ ਸਿਰ ਤੋੜ ਯਤਨ ਜਿਹੜੇ ਆ ਉਹ ਕਰ ਰਹੇ ਹਾਂ ਤਾਂ ਉਮੀਦ ਆ ਵੀ ਸਾਨੂੰ ਅਸੀਂ ਬਹੁਤ ਚੰਗੇ ਮਾਰਜਨ ਦੇ ਨਾਲ ਜਿੱਤਾਂਗੇ। ਸਰ, ਜਿਵੇਂ ਆਮ ਆਦਮੀ ਪਾਰਟੀ ਵੀ ਆ, ਅਕਾਲੀ ਦਲ ਪਾਰਟੀ ਵੀ ਆ ਅਤੇ ਆਜ਼ਾਦ ਵੀ ਉਮੀਦਵਾਰ ਖੜ੍ਹੇ ਆ ਅਤੇ ਉਹਨਾਂ ਬਾਰੇ ਤੁਹਾਡਾ ਕੀ ਕਹਿਣਾ ਉਹਨਾਂ ਦੇ ਮੁਕਾਬਲੇ? ਦੇਖੋ, ਅਕਾਲੀ ਦਲ ਦਾ ਕੋਈ ਕੈਂਡੀਡੇਟ ਹੈ ਨਹੀਂ ਇੱਥੇ ਇਸ ਮਹੱਲੇ ਦੇ ਵਿੱਚ। ਹਾਂਜੀ ਠੀਕ ਹੈ ਜੀ। ਆਜ਼ਾਦ ਕੈਂਡੀਡੇਟ ਵੀ ਹੋ ਸਕਦਾ ਹੋਣਗੇ, ਠੀਕ ਹੈ ਜੀ, ਆਮ ਆਦਮੀ ਪਾਰਟੀ ਦਾ ਵੀ ਹੋ ਸਕਦਾ, ਪਰ ਇਸ ਵੇਲੇ ਜਿਹੜਾ ਜੇ ਆਪਾਂ ਜ਼ੋਰ ਦੇਖਿਆ ਜਾਵੇ ਜਾਂ ਘਰ ਘਰ ਦੇ ਵਿੱਚ ਦੇਖਿਆ ਜਾਵੇ ਆਵਾਜ਼, ਘਰ ਘਰ ਦੀ ਆਵਾਜ਼ ਜਿਹੜੀ ਆ ਉਹ ਟੀਟੇ ਦੀ ਆ ਰਹੀ ਆ ਕਿ ਟੀਟਾ ਜਿਹੜਾ ਹੈ ਉਹ ਬਹੁਤ ਵਧੀਆ ਕੈਂਡੀਡੇਟ ਆ, ਹਰ ਵੇਲੇ 24 ਘੰਟੇ ਅਵੇਲੇਬਲ ਆ, ਕੰਮਕਾਰ ਬੇਦਾਗ ਸ਼ਖਸੀਅਤ ਜਿਹੜੀਆਂ ਹੁੰਦੀਆਂ ਨੇ ਨਾ ਉਹਨਾਂ 'ਚੋਂ ਇੱਕ ਹੈ। ਠੀਕ ਹੈ ਜੀ, ਧੰਨਵਾਦ ਜੀ, ਕਰ ਲਈ ਬਸ। ਓਕੇ। ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭੈਣ ਜੀ, ਜਿਵੇਂ 14 ਤਰੀਕ ਨੂੰ ਇਲੈਕਸ਼ਨ ਆ ਤਾਂ ਕਿਹਨੂੰ ਵੋਟ ਪਾ ਰਹੇ ਹੋ ਫਿਰ ਇਸ ਵਾਰ? ਅਸੀਂ ਪਾ ਰਹੇ ਹਾਂ ਵੋਟ ਕਾਂਗਰਸ ਨੂੰ, ਪ੍ਰਦੀਪ ਕੁਮਾਰ ਖੇੜਾ ਜੀ, ਟੀਟਾ ਭਾਜੀ, ਹਾਂਜੀ ਉਹਨਾਂ ਨੂੰ। ਠੀਕ ਹੈ ਜੀ। ਹਾਂਜੀ ਬੇਟਾ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬੇਟਾ, ਜੇ ਤੁਸੀਂ ਆ ਗਲੇ ਵਿੱਚ ਪਾਇਆ ਵਾ ਉੱਪਰ ਪੰਜੇ ਦਾ ਨਿਸ਼ਾਨ ਆ ਅਤੇ ਇਹ ਕਿਉਂ ਪਾਇਆ, ਕਿਸ ਲਈ? ਅਸੀਂ ਜੀ ਕਾਂਗਰਸ ਪਾਰਟੀ ਨੂੰ ਸਪੋਰਟ ਕਰਦੇ ਹਾਂ ਕਿਉਂਕਿ ਜਿਹੜੇ ਸਾਡੇ ਹਲਕ MLA ਜੀ ਨੇ ਉਹਨਾਂ ਨੇ ਸਾਡੇ ਲੋਹੀਆਂ ਦਾ ਵਿਕਾਸ ਕੀਤਾ, ਅਸੀਂ ਤਾਂ ਕਰਕੇ ਉਹਨਾਂ ਨੂੰ ਸਪੋਰਟ ਕਰਦੇ ਹਾਂ। ਠੀਕ ਹੈ ਜੀ। ਤੁਹਾਨੂੰ ਪਤਾ ਤੁਹਾਡਾ ਵਾਰਡ ਕਿਹੜਾ ਵਾ? ਵਾਰਡ ਨੰਬਰ 12 ਟੀਟੇ ਅੰਕਲ। ਅੱਛਾ ਜੀ, ਤਾਂ ਟੀਟੇ ਅੰਕਲ ਨੂੰ ਵੋਟ ਪਾ ਰਹੇ ਹੋ ਤੁਸੀਂ ਫਿਰ? ਹਾਂਜੀ। ਠੀਕ ਹੈ ਜੀ, ਧੰਨਵਾਦ ਜੀ। ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਈ, 14 ਤਰੀਕ ਨੂੰ ਇਲੈਕਸ਼ਨ MC ਦੀ ਤੁਹਾਡੇ ਲੋਹੀਆਂ ਹਲਕੇ ਦੇ ਵਿੱਚ, ਤਾਂ ਕਿਹਨੂੰ ਵੋਟ ਪਾ ਰਹੇ ਹੋ ਫਿਰ? ਅਸੀਂ ਕਾਂਗਰਸੀਏ ਹਾਂ ਜੀ, SMMC ਮੈਂ ਰਹਿ ਚੁੱਕਾ ਹਾਂ 7 ਨੰਬਰ ਵਾਰਡ ਤੋਂ, ਹੁਣ 13 ਦੀਆਂ 13 ਸੀਟਾਂ ਅਸੀਂ ਲਾਡੀ ਭਾਜੀ ਦੇ ਝੋਲੀ ਦੇ ਪਾਉਣੀਆਂ ਜੀ। ਤਾਂ ਫਿਰ ਇਸ ਵਾਰੀ ਆਪ ਕਿਉਂ ਨਹੀਂ ਖੜ੍ਹੇ ਹੋਏ, ਮਤਲਬ ਤੁਸੀਂ ਪਹਿਲਾਂ ਵੀ MC ਰਹਿ ਚੁੱਕੇ ਹੋ? ਨਹੀਂ, ਹੈ ਕਿ ਅਸੀਂ ਹੀਰੇ ਨੂੰ ਮੈਂ ਆਪਦੀ ਟਿਕਟ ਦੇ ਦਿੱਤੀ ਜੀ। ਅੱਛਾ ਜੀ। ਹਾਂਜੀ ਠੀਕ ਹੈ ਜੀ, ਇਸ ਵਾਰੀ ਉਹ ਇਲੈਕਸ਼ਨ ਲੜ ਰਹੇ? ਹਾਂਜੀ ਹਾਂਜੀ, ਪੂਰਾ ਸਾਥ ਦਿੰਦੇ ਉਹਦੇ ਨਾਲ, ਤੁਹਾਨੂੰ ਮਨੋ ਜੀ। ਠੀਕ ਹੈ ਜੀ, ਧੰਨਵਾਦ ਜੀ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਅਸੀਂ ਵਾਰਡ ਨੰਬਰ 12 ਦੇ ਵਿੱਚ ਜਿਹੜਾ ਸਰਵੇ ਕਰਕੇ ਆਏ ਹਾਂ, ਸਰਵੇ ਕਰਨ ਤੋਂ ਬਾਅਦ ਹੁਣ ਅਸੀਂ ਜਿਹੜੇ ਕੈਂਡੀਡੇਟ ਖੜ੍ਹੇ ਆ ਪ੍ਰਦੀਪ ਕੁਮਾਰ ਟੀਟੂ ਜੀ, ਉਹਨਾਂ ਦੇ ਘਰ ਦੇ ਵਿੱਚ ਆਏ ਹਾਂ, ਉਹਨਾਂ ਦੇ ਵਿਊ ਜਾਣਦੇ ਹਾਂ ਵੀ ਲੋਕਾਂ ਦਾ ਉਹਨਾਂ ਬਾਰੇ ਕੀ ਕਹਿਣਾ ਵਾ, ਆਓ ਉਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਹਾਂ ਉਹਨਾਂ ਦੇ ਕੀ ਵਿਚਾਰ ਨੇ ਔਰ ਉਹਨਾਂ ਨੇ ਕੀ ਸੋਚ ਕੇ ਜਿਹੜੇ ਇਲੈਕਸ਼ਨ 'ਤੇ ਉਹਨਾਂ ਨੇ ਖੜ੍ਹੇ ਆ ਵੀ ਕੀ ਕੰਮ ਕਰਨਗੇ ਜਾਂ ਲੋਕਾਂ ਨੇ ਕਿਵੇਂ ਉਹ ਵਿਚਰਨਗੇ ਜਿੱਤਣ ਤੋਂ ਬਾਅਦ। ਆਓ ਗੱਲਬਾਤ ਕਰਦੇ ਹਾਂ।
हाँ जी सर, सति श्रीकाल जी। हाँ जी सर, जिवें कि असीं वार्ड नंबर 12 दे विच लोकां दे कोल एक सर्वे करके आए हैं, लोगों ना मिले हैं, उन्हां दे व्यू जाने हैं कि तुसीं किवें दा कैंडीडेट पसंद करते हो जां किहनूं वोट पाउणा पसंद करते हो, तो उन्हां दा इक्को ही जवाब आ, प्रदीप कुमार टीटू जी, कांग्रेस कांग्रेस कांग्रेस। ते तुहाडा इस बारे की कहना जी? कोई लोगों ना विचरदे आ। अच्छा जी, लोगों ने जो बंदा होंगे हर मिलते हर किसी हक के व्यू सु लेते हैं, काम भी करते हैं शुरू तो जरा चलो इलेक्शन होना के पहले भी सब आत्म काम करते जी सब। ओके जी, ਕਿਹੜੇ ਕਿਹੜੇ ਕੰਮ ਕੀਤੇ ਕੋਈ ਇੱਕ ਦੋ ਜਿਹੜੇ ਤੁਸੀਂ ਕੀਤੇ ਹੁਣ ਲੋਕਾਂ ਦੇ? ਕੋਈ ਆਪਦੇ ਵਾਰਡ ਦੀ ਪਹਿਲੀ ਤਾਂ ਗੱਲ ਹੈ ਨਾਲੀਆਂ ਤੱਕ ਜਵਾਬ ਕਰਦੇ ਹੀ ਦੀਆਂ, ਇੱਕ ਬੰਦਾ ਨਹੀਂ ਆਉਂਦਾ। ਹਾਂਜੀ, ਸਾਨੂੰ ਇਹ ਹੁੰਦਾ ਲਈ ਜਿੱਥੇ ਅਸੀਂ ਰਹਿੰਦੇ ਉਹ ਸਾਫ਼ ਸੁਥਰਾ ਹੋਵੇ। ਬਿਲਕੁਲ ਜੀ, ਟੋਟੋ ਸਾਡੀ ਗਲੀ ਜਿਹੜਾ ਉਹ ਸਵੇਰ ਤੋਂ ਰੱਖ ਕੇ ਦੇਖੀਦਾ ਲਈ ਕਿਤੇ ਕੋਈ ਪਾਣੀ ਨਹੀਂ ਸੀ ਖੜਾ, ਉਹ ਆਪ ਸੋਟੀ ਲੈ ਕਰਦੇ ਦਾ। ਓਕੇ, ਹਾਂਜੀ ਮੈਂ ਵਾਰਡ ਵਿੱਚ ਗਿਆ ਸੀ ਤਾਂ ਉਹਨਾਂ ਨੇ ਦੱਸਿਆ ਵਾ ਵੀ ਝਾੜੂ ਵੀ ਆਪ ਮਾਰਦੇ ਗਲੀਆਂ ਵਿੱਚ ਕਿਸੇ ਟਾਈਮ, ਅਤੇ ਸ਼ਮਸ਼ਾਨ ਘਾਟ ਦਾ ਕੰਮ ਜਾਂ ਰਾਮ ਲੀਲਾ ਦਾ ਤੁਸੀਂ ਪ੍ਰਧਾਨ ਹੋ, ਅਤੇ ਇਸ ਤਰ੍ਹਾਂ ਸੁਸਾਇਟੀ ਦਾ ਕੋਈ ਵੀ ਕੰਮ ਹੋਵੇ ਅਤੇ ਸਾਡੇ ਨਾਲ ਵੱਧ ਚੜ੍ਹ ਕੇ ਜਿਹੜੇ ਵਿਚਰਦੇ ਆ, ਅਤੇ ਇਹਦੇ ਵਿੱਚ ਫਿਰ ਸਾਰੀ ਸਪੋਰਟ ਕਿਹਦੀ ਰਹਿੰਦੀ ਹੈ ਜਾਂ ਤੁਸੀਂ ਖੁਦ ਹੀ ਇਹ ਸਾਰਾ ਕੁਛ ਕਰਦੇ ਹੋ? ਦੇਖੋ ਜੀ, ਸ਼ੁਰੂ ਖੁਦ ਹੀ ਕੀਤਾ ਵਾ ਸ਼ਮਸ਼ਾਨ ਘਾਟ ਬਾਰੇ ਪਹਿਲਾਂ। ਅੱਛਾ ਜੀ, ਚਲੋ ਉੱਥੇ ਪਹਿਲਾਂ ਕੁਛ ਵੀ ਨਹੀਂ ਸੀਗਾ, ਹੌਲੀ ਹੌਲੀ ਕਰੀ ਗਏ ਚਲੋ ਹੁਣ ਐਨ ਪੂਰਾ ਕੰਪਲੀਟ ਹੋ ਗਿਆ। ਲੋਕਾਂ ਦੇ ਨਾਲ ਆਪਣੇ ਨਾਲ ਜਿਹੜੇ ਆਪਣੇ ਯਾਰ ਦੋਸਤ ਵੀ ਹੈਗੇ ਆ ਉਹਨਾਂ ਦੇ ਨਾਲ ਸਾਥ ਲਈਦਾ। ਫਿਰ ਇਲੈਕਸ਼ਨ ਤੇ ਫਸਟ ਟਾਈਮ ਖੜੇ ਹੋਏ ਹੋ ਜਾਂ ਫਿਰ ਪਹਿਲਾਂ ਵੀ ਇਲੈਕਸ਼ਨ ਲੜ ਚੁੱਕੇ ਹੋ? ਨਹੀਂ, ਫਸਟ ਟਾਈਮ ਹੈ ਜੀ। ਫਸਟ ਟਾਈਮ ਆ, ਕੋਈ ਫੈਮਿਲੀ ਦੇ ਵਿੱਚ ਪਹਿਲਾਂ ਕੋਈ ਇਲੈਕਸ਼ਨ ਲੜਿਆ ਹੋਇਆ? ਪਹਿਲਾਂ ਫਾਦਰ ਸਾਹਿਬ ਸੀਗੇ। ਓਕੇ ਜੀ, ਉਦੋਂ ਪੰਚਾਇਤ ਹੁੰਦੀ ਸੀ, ਉਹ ਪੰਚ ਸੀਗੇ, ਪੰਚਾਇਤ ਮੈਂਬਰ ਸੀਗੇ, ਮੈਂਬਰ ਸੀਗੇ। ਠੀਕ ਹੈ ਜੀ, ਅਤੇ ਜਿਵੇਂ ਲਾਡੀ ਸ਼ੇਰੋਵਾਲੀ ਐਮ ਐਲ ਏ ਆ ਕਾਂਗਰਸ ਦੇ, ਠੀਕ ਹੈ ਜੀ, ਤੁਸੀਂ ਮਤਲਬ ਇਸ ਵਾਰੀ ਫਸਟ ਟਾਈਮ ਖੜੇ ਹੋਏ ਆ, ਹੋਰ ਵੀ ਪਾਰਟੀਆਂ ਸੀਗੀਆਂ ਕਾਂਗਰਸ ਤੋਂ ਇਲਾਵਾ, ਅਕਾਲੀ ਦਲ ਸੀ, ਆਮ ਆਦਮੀ ਪਾਰਟੀ ਸੀਗੀ, ਠੀਕ ਹੈ ਜੀ, ਜਾਂ ਕਈ ਲੋਕ ਆਜ਼ਾਦ ਵੀ ਖੜੇ ਹੁੰਦੇ, ਫਿਰ ਤੁਸੀਂ ਕਾਂਗਰਸ ਵੱਲੋਂ ਕਿਉਂ ਖੜੇ ਹੋਏ? ਦੇਖੋ ਜੀ, ਸ਼ੁਰੂ ਤੋਂ ਕਾਂਗਰਸ ਹੀ ਰਹੇ ਹਾਂ। ਅੱਛਾ ਜੀ, ਸਾਡੀ ਫੈਮਿਲੀ ਸਾਰੀ ਤਕਰੀਬਨ ਸਮਝਣ ਲੱਗ ਗਈ ਕਾਂਗਰਸ ਦੇ ਵਿੱਚ ਰਹੀ ਅੱਜ ਤੱਕ, ਕਾਂਗਰਸ ਜਦੋਂ ਸੁਰਤ ਸੰਭਾਲੀ ਹੈ, ਬਜ਼ੁਰਗ ਵੀ ਕਾਂਗਰਸ ਹੀ ਸੀਗੇ। ਅੱਛਾ ਜੀ, ਹੋਰ ਪਾਸੇ ਸੋਚ ਸਕਦੇ ਹੀ ਨਹੀਂਗੇ। ਠੀਕ ਹੈ, ਕਿੰਨੀ ਕੁ ਸਪੋਰਟ ਰਹਿੰਦੀ ਫਿਰ ਐਮ ਐਲ ਏ ਸਾਹਿਬ ਦੀ ਤੁਹਾਨੂੰ? ਐਮ ਐਲ ਏ ਸਾਹਿਬ ਫੁੱਲ ਸਪੋਰਟ ਆ ਜੀ। ਅੱਛਾ ਜੀ, ਪੂਰੀ ਸਪੋਰਟ ਉਹਨਾਂ ਦੀ ਹੈ, ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਸਾਨੂੰ ਅੱਜ ਤੱਕ ਆਈ, ਕਿਸੇ ਤਰ੍ਹਾਂ ਦਿੱਕਤ ਕੋਈ ਨਹੀਂ ਆਈ ਅੱਜ ਤੱਕ। ਅਤੇ ਜਿਵੇਂ ਵਾਰਡ ਨੰਬਰ 12 ਦੇ ਲੋਕ ਤਾਂ ਚਲੋ ਤੁਸੀਂ ਕੈਂਡੀਡੇਟ ਹੋ ਉਹਨਾਂ ਦੇ, ਇਸ ਤੋਂ ਇਲਾਵਾ ਹੋਰ ਵੀ ਵਾਰਡ ਨੇ, 13 ਵਾਰਡ ਨੇ ਕਾਂਗਰਸ ਉਮੀਦਵਾਰ ਹੋਰ ਵੀ ਹੈ, ਅਤੇ ਕੀ ਲੋਕਾਂ ਨੂੰ ਅਪੀਲ ਕਰਨਾ ਚਾਹੋਗੇ ਤੁਸੀਂ? ਅਸੀਂ ਤਾਂ ਇਹ ਕਹਿ ਰਹੇ ਜੀ, ਚਲੋ ਕਾਂਗਰਸ ਦੀ ਸਾਰੇ ਮੈਂਬਰ ਸਾਡੇ ਕਾਂਗਰਸੀ ਬਣ। ਹਾਂਜੀ, ਸਪੋਰਟ ਸਾਨੂੰ ਹੋਊਗੀ ਸਭ ਲੋਕਾਂ ਦੀ, ਕਮੇਟੀ ਚਾਹਵਾਂਗੇ, ਮਜੋਰਟੀ ਹੋਊਗੀ, ਫਿਰ ਹੀ ਸਾਰੇ ਅਸੀਂ ਕੰਮ ਕਰਾਂਗੇ ਸ਼ਹਿਰ ਦੇ। ਬਿਲਕੁਲ ਜੀ, ਫਿਰ ਹੀ ਸਾਰੇ ਕੰਮ ਹੋਣੇ ਜੀ। ਬਿਲਕੁਲ, ਧੰਨਵਾਦ ਜੀ। ਇਹ ਸੀ ਸਾਡੇ ਨਾਲ ਪ੍ਰਦੀਪ ਕੁਮਾਰ ਟੀਟੂ ਜੀ, ਜਿਹੜੇ ਕਿ ਵਾਰਡ ਨੰਬਰ 12 ਤੋਂ ਕੈਂਡੀਡੇਟ ਖੜ੍ਹੇ ਨੇ। ਉਹਨਾਂ ਨੇ ਦੱਸਿਆ ਕਿ ਜੇ ਲੋਕ ਸਾਨੂੰ ਦੇ ਨਾਲ ਅੱਜ ਖੜ੍ਹਦੇ ਆ, ਸਾਨੂੰ ਜਿਤਾਉਂਦੇ ਆ, ਤਾਂ ਅਸੀਂ ਵੀ ਵੱਧ ਚੜ੍ਹ ਕੇ ਲੋਕਾਂ ਦਾ ਸਾਥ ਦੇਵਾਂਗੇ। 13 ਦੇ 13 ਵਾਰਡ ਦੇ ਜੇ ਸਾਡੇ MC ਬਣ ਜਾਂਦੇ, ਸਾਡੀ ਇੱਕ ਯੂਨਿਟੀ ਬਣ ਜਾਂਦੀ ਆ, ਅਤੇ ਅਸੀਂ ਜੋ ਵੀ ਲੋਹੀਆਂ ਹਲਕੇ ਦੇ ਕੰਮ ਆ ਜਾਂ ਲੋਹੀਆਂ ਦੇ ਵਿੱਚ ਜੋ ਵੀ ਹੋਇਆ, ਹਰੇਕ ਦੇ ਨਾਲ ਅਸੀਂ ਪੂਰਾ ਮੋਢੇ ਨਾਲ ਮੋਢਾ ਜੋੜ ਕੇ ਖੜਾਂਗੇ। ਅੰਬੇਦਕਰ ਮਿਸ਼ਨ ਯੂ ਚੈਨਲ ਦੇਖਦੇ ਸਾਰੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਸਾਰੇ ਸਰੋਤਿਆਂ ਨੂੰ ਜੈ ਭੀਮ ਜੈ ਭਾਰਤ।